ਆਉਂਦੀ ਇੱਕ ਪੜ੍ਹ ਰਹੀ ਸੀ ਇੱਕ ਥਾਂ ਤੇ ਲਿਖਿਆ ਹੋਇਆ ਸੀ ਝਾੜੂ ਲਿਆਓ ਤੇ ਪੰਜਾਬ ਬਚਾਓ। ਬਦਲਾਵ ਚਾਹੀਦਾ ਸੀ ਲੋਕਾਂ ਨੂੰ, ਵਾਕਈ ਬਦਲਾਵ ਬਹੁਤ ਆਇਆ। ਕੱਲ ਦਿਨ ਦਿਹਾੜੇ ਕੋਰਟ ਕੰਪਲੈਕਸ ਦੇ ਬਾਹਰ ਇੱਕ ਨੌਜਵਾਨ ਬੱਚੀ ਦਾ ਕਤਲ ਹੋ ਗਿਆ। ਇਹ ਕਦੀ ਨਹੀਂ ਸੀ ਹੋਇਆ ਪੰਜਾਬ ਬਠਿੰਡੇ ਚ, ਪਹਿਲਾਂ ਕਦੀ ਹੋਇਆ ਸੀ? ਕਦੀ ਨਹੀਂ ਸੀ ਹੋਇਆ। ਮਾਨਸਾ ਜ਼ਿਲ੍ਹੇ ਦੇ ਵਿੱਚ ਇੱਕ ਪੰਜਾਬ ਨੇ ਆਪਦਾ ਹੀਰਾ ਗਵਾ ਲਿਆ, ਦਿਨ ਦਿਹਾੜੇ ਕਤਲ ਹੋ ਗਿਆ, ਹੋ ਜਾਂਦਾ ਸਿੱਧੂ ਮੂਸੇਵਾਲਾ ਜੀ ਦਾ। ਜੋ ਲਗਾਤਾਰ ਕਤਲੇਆਮ ਦੀ ਇੱਕ ਲੜੀ ਚੱਲੀ ਵੀ ਹੈ ਪੰਜਾਬ ਦੇ ਅੰਦਰ, ਇਹ ਬਦਲਾਵ ਹੀ ਹੈ। ਇਹ ਕੁਛ ਪੰਜਾਬ ਨੇ ਕਦੀ ਨਹੀਂ ਸੀ ਵੇਖਿਆ, ਜੋ ਮਗਰਲੇ 8 ਮਹੀਨਿਆਂ ਚ ਸਾਰੇ ਪੰਜਾਬੀਆਂ ਨੇ ਵੇਖ ਲਿਆ। ਸੋ ਕਿਸੇ ਸਰਕਾਰ ਨੂੰ ਆਪਾਂ ਨਿੰਦਣ ਨਹੀਂ ਆਏ, ਪਰ ਇਹ ਜੋ ਪੰਜਾਬ ਦੇ ਹਾਲਾਤ ਹੈ ਉਹਨਾਂ ਬਾਰੇ ਆਪਾਂ ਥੋੜੀ ਜਿਹੀ ਗੱਲਬਾਤ ਕਰ ਰਹੇ ਹਾਂ ਕਿ ਹਾਲਾਤ ਇੰਨੇ ਮਾੜੇ ਹੋ ਗਏ ਹੈ। ਮੈਨੂੰ ਦੱਸ ਰਹੇ ਸੀ ਵੀਰ ਜੀ ਕਿ ਹਰ ਇੱਕ ਘਰ ਨੇ ਇੱਥੇ ਬਾਹਰ ਕੈਮਰੇ ਲਵਾਏ ਹੋਏ, ਔਰ ਜਿਨ੍ਹਾਂ ਨੇ ਨਹੀਂ ਵੀ ਲਗਵਾਏ ਸੀ ਉਹਨਾਂ ਨੇ ਵੀ ਲਵਾ ਲਏ, ਹਾਲਾਤ ਇੰਨੇ ਵਿਗੜ ਗਏ। ਸੋ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਬਣਦੀ ਹੈ। ਅਮਨ ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣਾ ਇਹ ਕਿਸੇ ਵੀ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ, ਆਪੋਜੀਸ਼ਨ ਦੀ ਜ਼ਿੰਮੇਵਾਰੀ ਨਹੀਂ ਹੁੰਦੀ। ਆਪਾਂ ਇਸ ਲਈ ਇਕੱਠੇ ਹੋਏ ਹਾਂ ਕਿ ਪਹਿਲਾਂ ਤਾਂ ਆਪਾਂ ਇਹ ਵੇਖੀਏ ਕਿ ਜੋ ਸਰਕਾਰ ਲੋਕਾਂ ਨੇ ਲੈ ਕੇ ਆਂਦੀ ਸੀ ਉਹਦੇ ਨਾਲ ਲੋਕਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਇਹ ਆਪਾਂ ਸਾਰੇ ਵੇਖ ਰਹੇ ਹਾਂ। ਕਾਂਗਰਸ ਪਾਰਟੀ ਨੂੰ ਆਪਾਂ ਵਾਪਸ ਲੈ ਕੇ ਆਉਣਾ, ਆਪਣੇ ਵਿੱਚ ਜੋ ਕਮੀਆਂ ਹੈ ਆਪਾਂ ਸਾਰਿਆਂ ਨੇ ਰਲ ਕੇ ਉਹਨਾਂ ਕਮੀਆਂ ਨੂੰ ਦੂਰ ਕਰਨਾ। ਜੇ ਆਮ ਆਦਮੀ ਪਾਰਟੀ ਦੀ ਸਰਕਾਰ 92 ਸੀਟਾਂ ਲਿਜਾ ਕੇ ਜਿੱਤ ਸਕਦੀ ਹੈ ਨਾ, ਜਿਨ੍ਹਾਂ ਨੇ ਕਦੀ ਕੁਛ ਕੀਤਾ ਹੀ ਨਹੀਂ ਪੰਜਾਬ ਵਾਸਤੇ, ਬੜੇ ਹਲਕਿਆਂ ਦੇ ਨੁਮਾਇੰਦਿਆਂ ਦੀ ਸ਼ਕਲ ਵੋਟਰਾਂ ਨੇ ਵੇਖੀ ਨਹੀਂ ਸੀ। ਇਹ ਸੱਚ ਹੈ ਕਿ ਝੂਠ ਹੈ? ਪਤਾ ਹੀ ਨਹੀਂ ਸੀ ਕਿ MLA ਕੌਣ ਮੰਨਣ ਜਾ ਰਿਹਾ। ਲੋਕਾਂ ਨੇ ਚੁੱਪ ਕਰਕੇ ਇੱਕ ਅਣਜਾਣ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਬਦਲਾਵ ਦੇ ਚੱਕਰ ਚ। ਜੇ ਉਹ ਪਾਰਟੀ 92 ਸੀਟਾਂ ਲਿਜਾ ਕੇ ਜਿੱਤ ਸਕਦੀ ਹੈ ਤਾਂ ਕਾਂਗਰਸ ਪਾਰਟੀ ਨੇ ਆਪਣੇ ਦੇਸ਼ ਨੂੰ ਆਜ਼ਾਦੀ ਦਵਾਈ ਹੈ। ਬੜੀਆਂ ਸ਼ਹਾਦਤਾਂ ਹੈ ਕਾਂਗਰਸ ਪਾਰਟੀ ਦੀਆਂ, ਤੇ ਆਪਾਂ 117 ਦੀਆਂ 17 ਜਿੱਤ ਸਕਦੇ ਹਾਂ। ਜੇ ਉਹ 92 ਜਿੱਤ ਸਕਦੇ ਆਪਾਂ 117 ਦੀਆਂ 17 ਜਿੱਤ ਸਕਦੇ ਹਾਂ। ਸਿਰਫ ਕੰਮ ਇੱਕ ਹੈ ਕਿ ਆਪਦੀਆਂ ਕਮੀਆਂ ਨੂੰ ਆਪਦੇ ਅੰਦਰੋਂ ਆਪਾਂ ਦੂਰ ਕਰਨਾ ਹੈ। ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ। ਜੇ ਆਮ ਆਦਮੀ ਦੀ ਸਰਕਾਰ ਹੈ ਤੇ ਜੋ ਮਾਨਸੇ ਨੇ ਤਸ਼ੱਦਦ ਚੱਲਿਆ ਆਮ ਆਦਮੀ ਪਾਰਟੀ ਦੇ ਆਉਣ ਤੋਂ ਬਾਅਦ, ਜੋ ਪੰਜਾਬ ਦਾ ਇੱਕ ਹੀਰਾ ਗਵਾਇਆ ਹੈ, ਦਿਨ ਦਿਹਾੜੇ ਕਤਲ ਦੇਖਿਆ ਜੋ ਮਾਨਸਾ ਜ਼ਿਲ੍ਹੇ ਨੇ, ਮੈਨੂੰ ਲੱਗਦਾ ਹੈ ਕਿ ਉਹ ਜੋ ਹਾਲਾਤ ਕਰਤੇ ਇਸ ਸਰਕਾਰ ਨੇ ਆ ਕੇ, ਉਹ ਹੋਣੇ ਨਹੀਂ ਚਾਹੀਦੇ। ਤੇ ਆਪਾਂ ਸਾਰਿਆਂ ਨੇ ਰਲ ਕੇ ਆਪਦੀ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨਾ ਤੇ ਦੁਬਾਰੇ ਤਾਕਤ ਚ ਆਉਣਾ, ਬਸ ਇਹੀ ਇੱਕ ਸੁਣਿਆ ਦੇਉਂਗੇ। ਇਨਸਾਫ ਬਾਰੇ ਕੀ ਗੱਲ ਕਹੋਗੇ? ਸਿੱਧੂ ਮੂਸੇ ਪਰਿਵਾਰ ਵਾਰ ਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈਗਾ, ਅੱਜ UK ਵੱਲ ਰਵਾਨਾ ਹੋਇਆ ਇਨਸਾਫ ਲਈ, ਇੱਥੇ ਵੀ ਇੱਕ ਰੋਸ ਮਾਰਚ ਕਰਿਆ ਜਾ ਰਿਹਾ, ਉਹਦੇ ਬਾਰੇ ਕੀ ਕਹੋਗੇ? ਮੈਂ ਤਾਂ ਸਰਕਾਰ ਨੂੰ ਇੱਕੋ ਹੀ ਬੇਨਤੀ ਕਰੂੰਗੀ ਕਿ ਇਹ ਇਕੱਲੇ ਸਿੱਧੂ ਮੂਸੇਵਾਲਾ ਜੀ ਦੇ ਪਰਿਵਾਰ ਦੀ ਨਹੀਂ, ਇਹ ਸਾਡੀ ਵੀ ਇਹੀ ਗੁਹਾਰ ਹੈ ਸਰਕਾਰ ਦੇ ਅੱਗੇ। ਦੇਖੋ ਭਾਵੇਂ ਉਹ BJP ਹੈ ਸੈਂਟਰ ਦੇ ਵਿੱਚ ਤੇ ਭਾਵੇਂ ਆਮ ਆਦਮੀ ਪਾਰਟੀ ਹੈ, ਮੈਂ ਤਾਂ ਉਹ ਸਰਕਾਰ ਆਮ ਆਦਮੀ ਨੂੰ B team ਕਹਿੰਦੀ ਹੈ BJP ਦੀ, ਤਾਂ ਮੈਂ ਤਾਂ ਦੋਵਾਂ ਸਰਕਾਰਾਂ ਅੱਗੇ ਬੇਨਤੀ ਕਰਦੀ ਹਾਂ ਕਿ ਇੰਨਾ ਵੱਡਾ ਹੀਰਾ ਗਵਾਇਆ, ਕਮ ਸੇ ਕਮ ਆਪਾਂ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਦਵਾ ਸਕੀਏ ਤੇ ਉਹਨਾਂ ਦੀ ਮੌਤ ਦਾ ਘੱਟੋ ਘੱਟ ਉਹਦੀ ਮਾਂ ਨੂੰ ਕੁਛ ਤਾਂ ਚੈਨ ਮਿਲੇ, ਜੇ ਆਪਾਂ ਉਹਨਾਂ ਨੂੰ ਇਨਸਾਫ਼ ਦਵਾ ਸਕਾਂਗੇ। ਸਰਕਾਰ ਕੀ ਨਹੀਂ ਕਰ ਸਕਦੀ ਜੇ ਚਾਹੇ? ਸਰਕਾਰ ਹਰ ਚੀਜ਼ ਕਰ ਸਕਦੀ ਹੈ ਔਰ ਚਾਹੇ ਤਾਂ ਇਨਸਾਫ਼ ਵੀ ਦਵਾ ਸਕਦੀ ਹੈ। ਮੇਰੀ ਤਾਂ ਸਰਕਾਰਾਂ ਅੱਗੇ ਇੱਕੋ ਬੇਨਤੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ। ਕਾਨੂੰਨ ਵਿਵਸਥਾ ਨੂੰ ਕਿਵੇਂ ਦੇਖਦੇ? ਜੋ ਪੰਜਾਬ ਦੇ ਹਾਲਾਤ ਹੈ ਮਗਰਲੇ 8 ਮਹੀਨਿਆਂ ਦੇ ਵਿੱਚ, ਮੈਨੂੰ ਲੱਗਦਾ ਦੱਸਣ ਦੀ ਲੋੜ ਨਹੀਂ। ਅਮਿਤ ਸ਼ਾਹ ਜੀ ਦਾ ਬਿਆਨ ਆਇਆ ਹੈ ਹੁਣ ਕੁਛ ਦਿਨ ਪਹਿਲਾਂ, ਲੇਕਿਨ ਇਹ ਬਿਆਨ ਹੁਣ ਆਇਆ ਹੈ ਜਦੋਂ ਮਾਨਸਾ ਜ਼ਿਲ੍ਹੇ ਦੇ ਵਿੱਚ ਜਦੋਂ ਪੰਜਾਬ ਨੇ ਆਪਦਾ ਹੀਰਾ ਗਵਾਇਆ ਸੀ, ਉਦੋਂ ਬਿਆਨ ਕਿਉਂ ਨਾ ਆਇਆ? ਉਦੋਂ ਦੀ ਸਰਕਾਰ ਕੀ ਕਰ ਰਹੀ ਹੈ? ਜੋ ਪੰਜਾਬ ਦੇ ਹਾਲਾਤ ਮਗਰਲੇ 8 ਮਹੀਨਿਆਂ 'ਚ ਵੇਖਣ ਨੂੰ ਮਿਲ ਰਹੇ ਉਹ ਕਦੀ ਵੀ ਨਹੀਂ ਸੀ ਹੁੰਦੇ ਇਸ ਤਰ੍ਹਾਂ। ਇਸ ਸਰਕਾਰ ਦੇ ਆਉਣ ਤੋਂ ਬਾਅਦ ਬੜੇ ਮਾੜੇ ਹਾਲਾਤ ਹੈ।